ਮੰਦਰ ਪਾਰਲੀਮੈਂਟ ਹਲਕੇ ਤੋਂ ਕਾਂਗਰਸ ਪਾਰਟੀ ਨੇ ਚੌਧਰੀ ਸੰਤੋਖ ਸਿੰਘ ਨੂੰ ਦੁਬਾਰਾ ਉਮੀਦਵਾਰ ਬਣਾਇਆ ਔਰ ਇਹ ਆਦਮਪੁਰ ਜੋ ਕੰਸਟੀਚੁਐਂਸੀ ਹੈ ਇਹ ਜਲੰਧਰ ਲੋਕ ਸਭਾ ਕੰਸਟੀਚੁਐਂਸੀ ਦਾ ਹਿੱਸਾ ਹੈ ਔਰ ਇਸ ਆਦਮਪੁਰ ਹਲਕੇ ਦੇ ਵਿੱਚ ਪਿਛਲੇ 50 ਸਾਲਾਂ ਦੇ ਵਿੱਚ ਜਦ ਤੋਂ ਬੀਜੇਪੀ ਦੀ ਸਰਕਾਰ ਆਈ ਹੈ ਲੋਕ ਜਿਹੜੇ ਨੇ ਮਹਿਸੂਸ ਕਰਦੇ ਸੀ ਕਿ ਜੋ ਜੋ ਵਾਅਦੇ ਮੋਦੀ ਜੀ ਨੇ ਆਪਣੇ ਟੈਨਿਊਰ ਦੇ ਵਿੱਚ ਕੀਤੇ ਆ ਉਹ ਪੂਰੇ ਨਹੀਂ ਹੋਏ ਇਸ ਕਰਕੇ ਲੋਕ ਜਿਹੜੇ ਆ ਬਦਲਾਅ ਚਾਹੁੰਦੇ ਨੇ ਦੇਸ਼ ਦੇ ਵਿੱਚ ਔਰ ਖਾਸ ਤੌਰ ਦੇ ਉੱਤੇ ਆਦਮਪੁਰ ਦਾ ਜੋ ਅਸੈਂਬਲੀ ਸੈਗਮੈਂਟ ਹੈ ਜਿਹਦੇ ਵਿੱਚ ਭੋਗਪੁਰ ਦੀ ਇੱਕ ਸ਼ੂਗਰ ਮਿੱਲ ਹੈ ਜੋ 1956 'ਚ ਬਣੀ ਸੀ ਔਰ ਬੜੇ ਸਾਲਾਂ ਤੋਂ ਲੋਕ 60 ਸਾਲ ਤੋਂ ਤਕਰੀਬਨ ਲੋਕ ਚਾਹੁੰਦੇ ਸੀ ਕਿ ਸਾਡੀ ਸ਼ੂਗਰ ਮਿੱਲ ਅਪਗ੍ਰੇਡ ਹੋਵੇ ਪਿਛਲੀ ਸਰਕਾਰਾਂ ਜਿੰਨੀਆਂ ਵੀ ਰਹੀਆਂ ਚਾਹੇ ਉਹ ਅਕਾਲੀ ਦਲ ਦੀ ਸੀ ਜਿਹੜੇ ਕਿ ਕਹਿੰਦੇ ਕਿ ਅਸੀਂ ਕਿਸਾਨਾਂ ਦੇ ਬੜੇ ਮਦਈ ਹਾਂ ਉਹ ਪੂਰੀ ਉਸਨੂੰ ਅਪਗ੍ਰੇਡ ਨਹੀਂ ਕਰ ਸਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਅਸੀਂ ਉਸਨੂੰ ਅਪਗ੍ਰੇਡ ਕੀਤਾ ਔਰ ਤਿੰਨ ਗੁਣਾ ਜਿਹੜੀ ਉਹਦੀ ਕਪੈਸਿਟੀ ਜਿਹੜੀ ਉਹ ਕੀਤੀ ਹੈ ਇਸ ਦੇ ਨਾਲ ਜਿਹੜੇ ਪੰਜਾਬ ਦਾ ਸਾਡਾ ਇਸ ਇਲਾਕੇ ਦਾ ਜਿਹੜਾ ਕਿਸਾਨ ਹੈ ਜਿਸ ਨੂੰ ਅੱਗੇ ਬਹੁਤ ਦੂਰ ਦੂਰ ਜਾਣਾ ਪੈਂਦਾ ਸੀ ਉਸਨੂੰ ਅਸੀਂ ਲੋਕਲ ਲੈਵਲ 'ਤੇ ਉਹਨਾਂ ਨੂੰ ਸੁਵਿਧਾ ਦਿੱਤੀ ਔਰ ਉਹਨਾਂ ਦਾ ਗੰਨਾ ਜਿਹੜਾ ਇੱਥੋਂ ਚੁੱਕਿਆ ਜਾਏਗਾ ਆਦਮਪੁਰ ਹਲਕੇ ਦੀਆਂ ਜਿੰਨੀਆਂ ਸੜਕਾਂ ਜੋ 10 ਸਾਲ ਪਹਿਲਾਂ ਟੁੱਟ ਗਈਆਂ ਸੀ ਉਸ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਦੁਬਾਰਾ ਉਹਦੀ ਕੰਡੀਸ਼ਨਿੰਗ ਕਰਨ ਵਾਸਤੇ 1919 ਕਿਲੋਮੀਟਰ ਦਾ ਜੋ ਪੂਰਾ 1900 ਕਿਲੋਮੀਟਰ ਦਾ ਜੋ ਪੂਰਾ ਇੱਕ ਰੋਡ ਪਲਾਨ ਤਿਆਰ ਕੀਤਾ ਜਿਸ ਨਾਲ ਆਦਮਪੁਰ ਦੇ ਵਿੱਚ ਇਹ ਸੜਕਾਂ ਦਾ ਦੁਬਾਰਾ ਜਿਹੜਾ ਨਵ ਨਿਰਮਾਣ ਹੋ ਰਿਹਾ ਔਰ ਅਸੀਂ ਆਦਮਪੁਰ ਦੇ ਤਮਾਮ ਵੋਟਰਾਂ ਨੂੰ ਔਰ ਜੋ ਜਲੰਧਰ ਪਾਰਲੀਮੈਂਟ ਦੇ ਵੋਟਰ ਆ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਚੌਧਰੀ ਸੰਤੋਖ ਸਿੰਘ ਨੇ ਪਿਛਲੇ 5 ਸਾਲ ਜੋ ਕਾਰਜਕਾਲ ਦੇ ਵਿੱਚ ਕੰਮ ਕੀਤੇ ਨੇ ਐਂਟੀ ਲੈਡ ਫੰਡ ਦਿੱਤਾ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਾਂਗਰਸ ਪਾਰਟੀ ਦਾ ਸਾਥ ਦਿਓ ਅਤੇ ਜਲੰਧਰ ਪਾਰਲੀਮੈਂਟ ਹਲਕੇ ਤੋਂ ਆਪਾਂ ਵੱਧ ਤੋਂ ਵੱਧ ਵੋਟਾਂ ਪਾ ਕੇ ਚੌਧਰੀ ਸੰਤੋਖ ਸਿੰਘ ਨੂੰ ਦੇਸ਼ ਦੀ ਪਾਰਲੀਮੈਂਟ 'ਚ ਭੇਜੀਏ ਮੈਂ ਕਨਵਲਜੀਤ ਸਿੰਘ ਲਾਲੀ ਐਕਸ ਐਮ ਐਲ ਏ ਐਕਸ ਪਾਰਲੀਮੈਂਟ ਸੈਕਟਰੀ ਜਿਹੜਾ ਕਿ ਆਦਮਪੁਰ ਹਲਕੇ 'ਚ ਮੈਂ 4 ਵਾਰ ਇਲੈਕਸ਼ਨ ਲੜੀ ਹੈ 2 ਵਾਰ ਮੈਂ ਜਿੱਤਿਆ ਹਲਕਾ ਰਿਜ਼ਰਵ ਹੋਣ ਕਰਕੇ ਹੁਣ ਮੇਰੇ ਵੱਡੇ ਭਰਾ ਸ੍ਰੀ ਮਹਿੰਦਰ ਸਿੰਘ ਕੇਪੀ ਜੀ ਇੰਚਾਰਜ ਨੇ ਔਰ ਐਤਕੀ ਅਸੀਂ ਹੁਣ ਇਲਾਕੇ 'ਚ ਕੰਪੇਨ ਕਰ ਰਹੇ ਹਾਂ ਅਤੇ ਚੌਧਰੀ ਸੰਤੋਖ ਸਿੰਘ ਉਹਨਾਂ ਨੂੰ ਦੂਸਰੀ ਵਾਰ ਪਾਰਟੀ ਇੰਟੈਕਟ ਦਿੱਤਾ ਉਹਨਾਂ ਲਈ ਅਪੀਲ ਕਰਦੇ ਹਾਂ ਵੀ ਉਹਨੂੰ ਵੋਟਾਂ ਪਾ ਕੇ ਵੱਧ ਤੋਂ ਵੱਧ ਅਸੀਂ ਹਿੰਦੁਸਤਾਨ ਦੀ ਪੰਚਾਇਤ ਵਿੱਚ ਭੇਜੀਏ ਤਾਂ ਜੋ ਕਿ ਉਹ ਸਾਡੇ ਦੇਸ਼ ਦਾ ਕੋਈ ਸੁਧਾਰ ਹੋ ਸਕੇ ਮੇਰੇ ਤੋਂ ਪਹਿਲਾਂ ਕੇ ਪੀ ਸਾਹਿਬ ਨੇ ਜਿੱਦਾਂ ਦੱਸਿਆ ਵੀ ਮਿੱਲ ਵੱਡੀ ਹੋਈ ਹੈ ਇਹ ਸਾਡੇ ਹਲਕੇ ਦੇ ਵਿੱਚ ਤਕਰੀਬਨ 6 ਮਿੱਲਾਂ ਚੱਲਦੀਆਂ ਜਿਹਨਾਂ 'ਚ ਇੱਕ ਸਰਕਾਰੀ ਬਾਕੀ 5 ਪ੍ਰਾਈਵੇਟ ਆ ਅਤੇ ਸਾਡੇ ਜ਼ਿਮੀਂਦਾਰ ਬਹੁਤ ਔਖੇ ਹੁੰਦੇ ਸੀ ਜਿਹੜੀ ਕਿ 20 ਲੱਖ ਟਨ ਦੀ ਕਪੈਸਿਟੀ ਸੀ ਅਤੇ ਅੱਜ 100 ਲੱਖ ਟਨ ਕਪੈਸਿਟੀ ਵੀ ਹੋ ਗਈ ਆ ਅਤੇ ਸਾਡਾ ਜ਼ਿਮੀਂਦਾਰ ਹੁਣ ਬਾਹਰਲੀਆਂ ਮਿੱਲਾਂ 'ਚ ਧੱਕੇ ਨਹੀਂ ਖਾਊਗਾ ਇੱਥੇ ਆਪਣੇ ਹਲਕੇ ਦੇ ਵਿੱਚ ਹੀ ਗੰਨਾ ਸੁੱਟੇਗਾ ਔਰ ਬੜਾ ਫਾਇਦਾ ਹੋਵੇਗਾ ਔਰ ਮੈਂ ਇਹ ਅਪੀਲ ਕਰਦਾ ਆਪਣੇ ਹਲਕੇ ਦੇ ਲੋਕਾਂ ਨੂੰ ਵੀ ਤੁਸੀਂ ਵੇਖ ਲਓ ਮੈਂ 97 'ਚ ਹਰਿਆ ਸੀ 17,500 ਅਤੇ 98 ਦੇ ਵਿੱਚ ਮੈਂ 6 ਵੋਟਾਂ 'ਤੇ ਜਿੱਤਿਆ ਸੀ ਜਦੋਂ ਮੈਂ 6 'ਤੇ ਜਿੱਤਿਆ ਅਤੇ ਜਦੋਂ ਮੈਂ ਤੁਹਾਡਾ ਧੰਨਵਾਦ ਕਰਨ ਆਉਂਦਾ ਸੀ ਅਤੇ ਤੁਸੀਂ ਸਾਰੇ ਇਹ ਕਹਿੰਦੇ ਸੀ ਵੀ ਲਾਲੀ ਜੇ ਸਾਡਾ ਪਰਿਵਾਰ ਵੋਟ ਨਾ ਪਾਉਂਦਾ ਤੂੰ ਜਿੱਤਣਾ ਨਹੀਂ ਸੀ ਵੋਟ ਦੀ ਕੀਮਤ ਪਤਾ ਚੱਲੀ ਸੀ ਇਹ ਜਿਹੜੀ ਵੋਟ ਹੈ ਲੱਖੀ ਨਾ ਹਜ਼ਾਰੀ ਵੇਖਿਓ ਕਿਤੇ ਦਾਰੂ ਦੇ ਮੂੰਹ 'ਚ ਨਾ ਚਲੀ ਜਾਏ ਪੈਸੇ ਦੇ ਲਾਲਚ 'ਚ ਨਾ ਚਲੀ ਜਾਏ ਇਹ ਵੋਟ ਮੈਂ ਹਿੰਦੁਸਤਾਨ ਦੀ ਪੰਚਾਇਤ ਬਣਾਉਣੀ ਆ ਵੱਧ ਤੋਂ ਵੱਧ ਵੋਟਾਂ ਪਾ ਕੇ ਚੌਧਰੀ ਸੰਤੋਖ ਸਿੰਘ ਹੋਣਾ ਨੂੰ ਕਾਮਯਾਬ ਕਰੀਏ ਕਿਤੇ ਮੋਦੀ ਗਾਂਧੀ ਨੂੰ ਜਿਹੜੇ 15 ਲੱਖ ਦੇ ਜੁਲਵੇ ਦਿਖਾਉਂਦੇ ਸੀ ਅੱਜ ਉਹ ਕਹਿੰਦੇ ਆ ਵੀ ਅਸੀਂ ਜੁਲਵਾ ਦਿਖਾਇਆ ਸੀ 15 ਲੱਖ ਦਾ ਬਾਹਰੋਂ ਪੈਸੇ ਜਿਹੜੇ ਇਸ ਬੁੱਢੀ ਜਿਹੇ ਲੈਣ ਤੋਂ ਲਿਆਉਂਦੇ ਸੀ ਹੁਣ ਕਿੱਥੇ ਗਏ ਆ ਇਸ ਲਈ ਵਧੀਆ ਇਨਸਾਨ ਚੋਣਾਂ ਚਾਹੀਦਾ ਕਾਂਗਰਸ ਪਾਰਟੀ ਸਾਰਿਆਂ ਧਰਮਾਂ ਦੀ ਸਾਂਝੀ ਪਾਰਟੀ ਆ ਸਾਰਿਆਂ ਦਾ ਸਤਿਕਾਰ ਕਰਦੀ ਆ ਵੱਧ ਤੋਂ ਵੱਧ ਚੌਧਰੀ ਸੰਤੋਖ ਸਿੰਘ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਤਾਂ ਜੋ ਕਿ ਸਾਡੀ ਆਵਾਜ਼ ਦਿੱਲੀ ਤੱਕ ਉਠਾ ਸਕਣ ਧੰਨਵਾਦ